ਹਾਂਜੀ ਤਾਂ ਹੁਣ ਪਲੇਟਫਾਰਮ ਬਾਰੇ ਦੱਸ ਦਈਏ ਵੀ ਇਹਦੇ ਫਾਇਦੇ ਤੇ ਨੁਕਸਾਨ ਕਿਉਂਕਿ ਬਹੁਤ ਭਰਾਵਾਂ ਨੂੰ ਇਹ ਸੋਹਣਾ ਲੱਗਦਾ ਆਪਾਂ ਨੂੰ ਵੀ ਸੋਹਣੇ ਲੱਗਣ ਕਰਕੇ ਲਵਾਏ ਸੀ ਪਰ ਇਹਦੇ ਨੁਕਸਾਨ ਆ ਦੋਸਤੋ ਕੀ ਕੀ ਨੁਕਸਾਨ ਆ ਤੁਹਾਨੂੰ ਸਾਰੇ ਬਰੀਕਲੀ ਦੇ ਵਿੱਚ ਦੱਸਾਂਗੇ ਤੇ ਉਹ ਆਪਦਾ ਆਪਾਂ ਕੱਲ੍ਹ ਆਪਦਾ ਤਜਰਬਾ ਨਹੀਂ ਜਿਹੜੇ ਭਰਾਵਾਂ ਨੇ ਲਵਾਇਆ ਬਕਾਇਦਾ ਉਹਨਾਂ ਤੋਂ ਵੀ ਇੱਕ ਦੋ ਭਰਾਵਾਂ ਨਾਲ ਆਪਾਂ ਗੱਲਬਾਤ ਕਰੀ ਆ ਫੇਰ ਤੁਹਾਨੂੰ ਦੱਸ ਰਹੇ ਆ ਤੇ ਇਹ ਆਪਾਂ ਨੂੰ ਜੀ 12-13000 ਰੁਪਏ ਦੇ ਵਿੱਚ ਪਿਆ ਸੀਗਾ ਇਹ ਆਪਾਂ ਆਪ ਖੁਦ ਆਪਦੀ ਮਰਜ਼ੀ ਨਾਲ ਜਿਵੇਂ ਆਪਾਂ ਨੂੰ ਸੂਤ ਲੱਗਿਆ ਓਵੇਂ ਤਿਆਰ ਕਰਵਾਇਆ ਆਪਣੇ ਇੱਥੇ ਬੇਲੀ ਹੈਗਾ ਮੁੰਡਾ ਥਾਂਦੇ ਵਾਲੇ ਤੋਂ ਤੇ ਉਹ ਨੂੰ 10 10 ਜਿਵੇਂ ਠੀਕ ਲੱਗਿਆ ਵਿਚਾਰਾ ਓਵੇਂ ਓਵੇਂ ਕਰੀ ਗਿਆ ਹਨ ਤੇ ਉਹਨੇ ਓਵੇਂ ਬਣਾਇਆ ਕਿਉਂਕਿ ਬਣਾ ਅਗਲੇ ਵੀ ਦਿਨ ਦੇ ਵਰਕਸ਼ਾਪਾਂ ਵਾਲੇ ਪਰ ਉਹ ਇੱਥੋਂ ਥੋੜਾ ਜਿਆਦਾ ਐ ਮੋਟਾ ਬਣਾਉਂਦੇ ਆ ਜਿੰਨੇ ਵੀ ਆਪਣੇ ਨੂਨ ਦੇ ਵਿੱਚ ਜਿੰਨੇ ਵੀ ਆਪਣੇ ਲੈਂਕਾਂ ਦੇ ਵਿੱਚ ਵਰਕਸ਼ਾਪਾਂ ਵਾਲੇ ਸੀਗੇ ਉਹ ਵੀ ਪੈਰ ਦਾਣਾ ਬਣਾਉਂਦੇ ਆ ਪਰ ਉਹ ਜ਼ਿਆਦਾ ਲੋਹਾ ਲਾਉਂਦੇ ਆ ਤੇ ਜ਼ਿਆਦਾ ਖਰਚਾ ਹੋ ਜਾਂਦਾ ਹਨ ਸੋ ਆਪਾਂ ਸਰਫ ਇਹਨਾਂ ਨੂੰ ਬਣਵਾਇਆ ਤੇ ਇੱਕ ਉਹ ਲਾਉਂਦੇ ਇੱਥੋਂ ਪੌੜੀ ਨੂੰ ਐ ਸਪੋਰਟ ਰੋਤ ਮੈਨੂੰ ਤਾਂ ਜਾਲ ਹੀ ਕੰਮ ਲੱਗਦਾ ਜਿਹੜੀ ਮੇਰੀ ਥਿੰਕਿੰਗ ਜੀ ਹੁੰਦੀ ਵੀ ਉਹ ਜਾਲ ਹੀ ਆ ਹੋ ਗਿਆ ਵੀ ਕੀ ਸਪੋਰਟ ਦੇਦੀ ਹਨਾ ਜਿਵੇਂ ਪੌੜੀ ਖੜਦੀ ਨਹੀਂ ਹੁੰਦੀ ਸੋ ਇਹ ਆਪਾਂ ਆਪਦੇ ਸਿਰ ਤੇ ਪੌੜੀ ਠੱਲੀ ਆ ਇਹ ਵੀਰੇ ਥੱਲੇ ਵੇ ਲੋਕ ਉਸ ਨਹੀਂ ਕੁਆਂਟਲ ਕੁਆਂਟਲ ਦੇ ਬੰਦੇ ਚੜੀ ਜਾਂਦੇ ਰਹਿੰਦੇ ਨੂੰ ਕੁਝ ਨਹੀਂ ਹੁੰਦਾਗਾ ਤੇ ਕੰਪਨੀ ਵਾਂਗੂ ਪੌੜੀ ਸਿੱਧੀ ਰੱਖੀ ਆ ਤੇ ਨਹੀਂ ਇਹਨੂੰ ਐਵੇਂ ਸਪੋਰਟ ਜੀ ਲਾਉਂਦੇ ਉਹ ਮੈਨੂੰ ਨਹੀਂ ਚੰਗੀ ਲੱਗੀ ਤੇ ਹੁਣ ਇਹਦਾ ਨੁਕਸਾਨ ਵੀ ਤੁਹਾਨੂੰ ਦੱਸਦੇ ਆਂ ਤਾਂ ਫਾਇਦਾ ਕੀ ਹੈ ਪਹਿਲਾਂ ਫਾਇਦਾ ਦੱਸਦੇ ਆ ਜੀ ਫਾਇਦਾ ਤਾਂ ਇਹਦਾ ਇਹੀ ਆ ਬਸ ਵੀ ਇੱਥੇ ਤੇਲ ਦੀ ਕੰਨੀ ਰੱਖ ਸਕਦੇ ਆ ਤੇ ਬਸ ਚੜ ਉਤਰ ਸੌਖਾ ਦੇ ਬਸ ਹੋਰ ਇਹਦਾ ਕੋਈ ਖਾਸ ਫਾਇਦਾ ਨਹੀਂ ਹੈਗਾ ਬਸ ਹੁਣਾ ਲੱਗਦਾ ਠੀਕ ਹੈ ਜੀ ਇੱਕ ਆ ਚਲ ਜਰੂਰ ਫਾਇਦਾ ਕਰਦੀ ਹੈ ਵੀ ਇਧਰੋਂ ਗਰਮ ਹਵਾ ਟਰੈਕਟਰ ਜੋ ਚੱਲਦਾ ਉਹ ਪੈਰਾਂ ਤੱਕ ਨਹੀਂ ਆਉਂਦੀਗੀ ਇਹ ਹੀ ਰਿਗਾਰਡ ਇਹ ਕੰਮ ਜਰੂਰ ਕਰ ਦਿੰਦੇ ਆ ਤੇ ਇਹ ਵੀ ਆਪਣੇ ਸ਼ਹਿਰਾਂ ਆ ਸ਼ੀਸ਼ਾ ਸਾਨੂੰ ਬੋਲਾ ਵਧੀਆ ਨਹੀਂ ਮਿਲਿਆਗਾ ਤਾਂ ਕਰਕੇ ਬਸ ਐਂ ਜੇ ਲਾਤਾ ਠੀਕ ਚੱਲਦਾ ਫਿਰਦਾ ਕੰਮ ਜੇ ਕਰਤਾ ਇਹਦਾ ਫਾਇਦਾ ਬਸ ਆਹੀ ਹੈ ਵੀ ਚੜ੍ਹ ਉਤਰ ਸਕਦੇ ਆ ਹੋਰ ਇਹਦਾ ਕੋਈ ਫਾਇਦਾ ਨਹੀਂ ਤੇ ਹੁਣ ਇਹਦੇ ਤੁਹਾਨੂੰ ਮੈਂ ਨੁਕਸਾਨ ਦੱਸ ਦਿਆਂ ਜੀ ਕੀ ਕੀ ਆ ਇਹ ਮੁੰਡਾ ਵੀ ਇਹ ਵੀ ਬੈਠਾ 6 ਫੁੱਟ ਦੀ ਹਾਈਟ ਆ ਤੇ ਇਹ ਤੁਸੀਂ ਦੇਖੋ ਇਥੋਂ ਹੁਣ ਗੌਰ ਕਰਿਓ ਵੀ ਬਹੁਤ ਭਰਾ ਕਹਿਣਗੇ ਵੀ ਇਹਦੇ ਨੁਕਸਾਨ ਕਿਵੇਂ ਹੋ ਸਕਦੇ ਕਿਉਂਕਿ ਕੰਪਨੀ ਵੀ ਬਹੁਤ ਕੰਪਨੀਆਂ ਦੇ ਜਿਹੜੇ ਟਰੈਕਟਰ ਹੈ ਹਾਲੈਂਡ ਦੇ ਵੀ ਹੈਗੇ ਆ ਜਿਵੇਂ 5500 ਸੌਰੀ 5510 ਆਇਆ ਜਿਹੜਾ ਉਹਦਾ ਵੀ ਫਲੈਟ ਪਲੇਟਫਾਰਮ ਹੈਗਾ ਪਰ ਉਹਨਾਂ ਦੇ ਵਿੱਚ ਇੱਕ ਚੀਜ਼ ਜ਼ਰੂਰ ਭਰਾ ਨੋਟ ਕਰਿਓ ਕਿਉਂਕਿ ਜਿਹੜੇ ਪੈਡਲ ਆ ਉਹ ਕਾਰ ਦੀ ਤਰ੍ਹਾਂ ਹੁੰਦੇ ਆ ਜਾਂ ਜਿਵੇਂ ਜੌਂਡੀਅਰ ਚ ਆਉਂਦੇ ਹਨਾ ਤੱਕਣਾ ਹੁੰਦਾ ਇਥੋਂ ਲੱਤਨੇ ਥੋੜੀ ਨੇ ਕੀ ਕਰਨਾ ਇਥੋਂ ਤੱਕਣਾ ਇਹਨੂੰ ਇਸ ਤਰ੍ਹਾਂ ਘਾਣੋ ਤੇ ਇਥੋਂ ਲੱਤ ਸਿੱਧੀ ਹੋ ਜੂਗੀ ਵੀ ਲੱਤ ਦਾ ਜੋਰ ਇਸ ਤਰ੍ਹਾਂ ਲੱਗੂਗਾ ਵੇਖੋ ਤੇ ਮੈਂ ਅਰਜਨ ਦੀ ਪਲੇਟਫਾਰਮ ਦੀ ਵੀ ਵੀਡੀਓ ਬਣਾਈ ਉਹ ਵੀ ਉੱਪਰ ਲਾ ਦਿੰਨੇ ਆਪਾਂ ਤੇ ਇਹਦੇ ਚ ਤੁਸੀਂ ਦੇਖ ਸਕਦੇ ਆਂ origignal ਚ ਵੀ ਟਰੈਕਟਰ ਦੀ ਲੱਤ ਇਥੋਂ ਡਰਾਈਵਰ ਦੀ ਸਿੱਧੀ ਰਹਿੰਦੀ ਐ ਤੇ ਧੱਕਣਾ ਹੁੰਦਾ ਵੀ ਧੱਕਣ ਚ ਜਿਹੜਾ ਗੋਡੇ ਦਾ ਜੋਰ ਨਹੀਂ ਕੱਲੇ ਦਾ ਪੈਂਦਾ ਪਰ ਜਦੋਂ ਤੁਸੀਂ ਇਹ ਚਲਾਓਗੇ ਇਹਦੇ ਤੇ ਬੈਠ ਕੇ ਟਰੈਕਟਰ ਚਲਾਓਗੇ ਇੱਕ ਤਾਂ ਜੋ ਥੱਲੋਂ ਪੈਰ ਚੱਕ ਕੇ ਵਾਰੀ ਵਾਰੀ ਰੱਖਣਾ ਉਹ ਇਥੇ ਤੁਹਾਨੂੰ ਡਰਾਈਵਰ ਨੂੰ ਥਕਾਵਟ ਦੇਊਗਾ ਹੀ ਦੇਊਗਾ ਦੂਜੇ ਪਾਸੇ ਤੋਂ ਵੀ ਦਿਖਾ ਦਈਏ ਤੇ ਜਦੋਂ ਤੁਸੀਂ ਜਿਆਦਾ ਟਰੈਕਟਰ ਨੂੰ ਚਲਾਉਣਾ ਜੇ ਤੁਹਾਡਾ ਟਰੈਕਟਰ ਜਿਆਦਾ ਚੱਲਦਾ ਹਨ ਵੀ ਕਲੱਚ ਵਾਲਾ ਕੰਮ ਜਿਆਦਾ ਹੁੰਦਾ ਜਿਵੇਂ ਕਹਿ ਲਓ ਵੀ ਤੂੜੀ ਵਾਲੀ ਮਸ਼ੀਨ ਤੇ ਐ ਤੇ ਜਾਂ ਬਜਾਈ ਕਰਦੇ ਆਪਾਂ ਟਰੈਕਟਰ ਨਾਲ ਉਦੋਂ ਤੁਹਾਨੂੰ ਥਕਾਵਟ ਗੋਡੇ ਨਹੀਂ ਆਉਣੀ ਆਉਣੀ ਆ ਦੇਖੋ ਤੁਸੀਂ ਇੱਥੋਂ ਪੈਰ ਵਾਰੀ ਵਾਰੀ ਚੱਕ ਕੇ ਰੱਖਣਾ ਔਖਾ ਐ ਵਾਰੀ ਵਾਰੀ ਇਹ ਦੇਖੋ ਤੁਸੀਂ ਵੀ ਸੋ ਤਾਂ ਜਦੋਂ ਕੰਪਨੀ 'ਚ ਆਉਂਦਾ ਇੱਥੋਂ ਲੱਤ ਦੀ ਆਹ ਇੱਥੋਂ ਥੱਲੇ ਰੱਖੀ ਇਹ ਇੱਥੋਂ ਇਹ ਲਾਤਾ ਨੀਵੇਂ ਹੀ ਰਹੂਗੀ ਤੁਹਾਡੀ ਕਿਸੇ ਟਰੈਕਟਰ ਤੇ ਬੈਠ ਜਾ ਐ ਐ ਰਹੂਗੀ ਲਾਤਾ ਤੇ ਇੱਥੋਂ ਕਲੱਚ ਤੇ ਪੈਰ ਰੱਖਣਾ ਐ ਸੌਖਾ ਪਰ ਜਦੋਂ ਇਹ ਲਾਤਾ ਇੱਥੇ ਹੋ ਗਈ ਐ ਖੜਮਾ ਹੋ ਗਿਆ ਬੰਦਾ ਨਾਲੇ ਸੀਟ ਵੀ ਉੱਚੀ ਕਰੀ ਆ ਇਹ ਨਹੀਂ ਆਪਾਂ ਵੀ ਹੁਣ ਹੋਰ ਸੀਟ ਕਿੰਨੀ ਉੱਚੀ ਕਰੀ ਜਾਵਾਂਗੇ ਕਿਉਂਕਿ ਜਿੰਨੀ ਸੀਟ ਉੱਚੀ ਕਰੀ ਜਾਵਾਂਗੇ ਓਨਾ ਹੀ ਤੁਹਾਡਾ ਆਰਾਮਦਾਇਕ ਨਹੀਂ ਰਹਿਣਾ ਟਰੈਕਟਰ ਬਾਕੀ ਸਾਰੀਆਂ ਚੀਜ਼ਾਂ ਨੀਵੀਆਂ ਹੋਈ ਜਾਣੀਆਂ ਫਿਰ ਇਹਨਾਂ ਨਾਲ ਵੱਡਾ ਟੁਕੀ ਕਰੀ ਜਾਵਾਂਗੇ ਆ ਲੀਵਰੇ ਦਾ ਹੁਣ ਵੀ ਉੱਚਾ ਕਰਿਆ ਹੋਇਆ ਵੇਖੋ ਤੁਸੀਂ ਇੱਕ ਹੋਰ ਚੀਜ਼ ਦੱਸਾਂ ਵੀ ਇਹ ਤਾਂ 36ਤੀ ਹੈ ਇਹਦਾ ਲੀਵਰ ਸਿੱਧਾ ਹੁੰਦਾ ਹਨਾ ਸੈਂਟਰ ਗੇਅਰ ਦਾ ਤੇ ਜਿਹੜੇ ਚਾਲ ਸਾਈਡ ਗੇਅਰ ਆ ਉਹਨਾਂ ਦੇ ਲੀਵਰ ਸੌਖੇ ਤਾਂ ਨਹੀਂ ਹੁੰਦੇ ਪਰ ਜਿਹੜੇ ਭਰਾ ਸਵਰਾਜ ਨੂੰ ਕਰਾਈ ਜਾਂਦੇ ਯਾਰ ਉਹ ਤਾਂ ਜਿਵੇਂ ਹੀ ਗੇਅਰ ਔਖਾ ਹੋ ਕੇ ਪਾਉਂਦੇ ਆਪਾਂ ਆਮ ਹੀ ਦੇਖਦੇ ਆ ਤੇ ਉਹਦਾ ਸਵਰਾਜ ਦਾ ਕੀ ਹੁੰਦਾ ਲੀਵਰਾਂ ਜਿਵੇਂ ਥੱਲੇ ਨੂੰ ਡੈਗ ਮਾ ਹੁੰਦਾ ਉਹ ਹੁਣ ਜੇ ਜਿਵੇਂ ਤਾਂ ਨੂੰ ਕਰਦੇ ਆ ਤਾਂ ਉਹ ਫਿਰ ਇੱਧਰ ਲੱਗਦਾ ਜਾਂ ਉੱਧਰ ਵੀ ਪਾਉਣ ਚ ਉਹਨੀ ਆਸਾਨੀ ਨਹੀਂ ਆਉਂਦੀ ਹਨਾ ਤੇ ਇਹ ਵੀ ਆ ਤੁਸੀਂ ਦੇਖੋ ਵੀ ਉ ਤਾਂ ਉੱਚਾ ਕਰਿਆ ਗੇਅਰ ਪਰ ਫੇਰ ਵੀ ਆਏ ਨਹੀਂ ਡਰਾਈਵਰ ਵੀ ਬੈਠਾ ਹੈ ਮਗਰ ਨੂੰ ਢੋਲਾ ਕੇ ਚਲਾ ਲੂਗਾ ਇਹਨੂੰ ਇਹਦੇ ਚ ਨੁਕਸਾਨ ਇਹਦੇ ਹੈਗੇ ਹੈਗੇ ਆ ਇਹ ਸੋ ਅਸੀਂ ਆਏ ਨਹੀਂ ਕਹਿੰਦੇ ਵੀ ਕੱਲਾ ਸਾਡਾ ਤਜਰਬਾ ਇੱਕ ਹੋਰ ਵੀਰ ਹੈਗਾ ਨਕੋਦਰ ਕੋਲ ਰਵੀ ਚੱਠਾ ਮੁੰਡਾ ਉਹਦੀ ਇੰਸਟਾਗ੍ਰਾਮ ਤੇ ਰੀਲ ਵੀ ਬਹੁਤ ਪ੍ਰਭਾਵ ਇਹਦੇ ਹੋਣੇ ਆ 744 ਦੇ ਲੱਗਿਆ ਸੀਗਾ ਸੋ ਉਹਨਾਂ ਨੂੰ ਵੀ ਇਹ ਪ੍ਰੋਬਲਮ ਆਈ ਸੇਮ ਸਾਡੇ ਵਾਲੀ ਤਾਂ ਉਹਨਾਂ ਦਾ ਟਰੈਕਟਰ ਜ਼ਿਆਦਾ ਚੱਲਦਾ ਤੇ ਉਹਨਾਂ ਨੇ ਲਾਹ ਦਿੱਤਾ ਜੇ ਤੁਸੀਂ ਲਵਾਉਣਾ ਵੀਰੋ ਤਾਂ ਇਹਨੂੰ ਜਿੱਥੇ origional ਪੈਰਦਾਨ ਹੁੰਦੇ ਆ ਨੀਵੇਂ ਹੁੰਦੇ ਆ ਇੱਥੇ ਹੁੰਦੇ ਹਨ ਨੀਵੇਂ ਹੁੰਦੇ ਆ ਉਹਦੇ ਮੂਰੇ ਆਹ ਆਹ ਕੱਲਾ ਲਵਾ ਸਕਦੇ ਆ ਹੀਟਿੰਗ ਗਾਰਡ ਲਵਾ ਲਓ ਤੇ ਆਹ ਆਹ ਪੌੜੀ ਪੂੜੀ ਲਵਾ ਲਓ ਵੀ ਚਲ ਚੜਨਾ ਸੌਖਾ ਹੋ ਜੇ ਹਨਾ ਸ਼ੌਂਕ ਵੀ ਪੂਰੇ ਆ ਜਾਵੇ ਤੇ ਤੁਹਾਡਾ ਨੁਕਸਾਨ ਵੀ ਨਾ ਹੋਵੇ ਇੱਕ ਤਾਂ ਵੀ ਹੁਣ ਪੈਸੇ ਲਾ ਤੇ ਹੁਣ ਅਸੀਂ ਹਜੇ ਵੀ ਇਹਦੇ ਚ 605 ਚ ਫਸੇ ਹੋਏ ਆ ਕਿਉਂਕਿ ਅੱਗੇ ਤੂੜੀ ਦਾ ਸੀਜ਼ਨ ਲਾਉਣਾ ਤੇ ਉੱਥੇ ਕਲੱਚ ਤੇ ਪੈਰ ਰਹਿਣਾ ਹੀ ਰਹਿਣਾ ਤੇ ਹਰ ਵੇਲੇ ਇਹਦੇ ਤੇ ਐ ਪੈਰ ਧਰ ਕੇ ਕਲੱਚ ਚਲਾਇਆ ਵੀ ਨਹੀਂ ਜਾਣਾਗਾ ਕਿਉਂਕਿ ਮਤਲਬ ਜ਼ਿਆਦਾ ਹੀ ਕਲੱਚ ਤੇ ਭਾਰ ਆਇਆ ਰਹਿੰਦਾ ਤੇ ਫਿਰ ਵਾਰੀ-ਵਾਰੀ ਨੱਪਣ ਚ ਤੇ ਪ੍ਰੋਬਲਮ ਤਾਂ ਉਹੀ ਆ ਗਈ ਕਿਉਂਕਿ ਬਜਾਈ ਤੇ ਹੀ ਸਾਨੂੰ ਇਹਨੇ ਪ੍ਰੋਬਲਮ ਦਿੰਦਾ ਸੀ ਟਰੈਕਟਰ ਥੱਕ ਜਾਂਦੇ ਸੀਗੇ ਜੇ ਤੁਸੀਂ ਵਾਹਣਾ ਹੀ ਆ ਇਕੱਲਾ ਟਰੈਕਟਰ ਨਾਲ ਉਹਦੇ ਟਰੈਕਟਰ ਤੇ ਲਵਾ ਲਓ ਜਾਂ ਘੱਟ ਚਲਾਉਣਾ ਵੀ ਕਲੱਚ ਛੱਡਤਾ ਤੇ ਫੇਰ ਤਾਂ ਕਲੱਚ ਨੱਪਣਾ ਹੀ ਨਹੀਂ ਹਨਾ ਛੇਤੀ ਫੇਰ ਕੋਈ ਚੱਕਰ ਨਹੀਂ ਪਰ ਜਦੋਂ ਆਏ ਮੱਥੇ ਤੇ ਜਾ ਕੇ ਕਲੱਚ ਨੱਪਣਾ ਜਾਂ ਤੂੜੀ ਵਾਲੀ ਤੇ ਤਾਂ ਹੁਣ ਜੋ ਕਲੱਚ ਇਹਨੇ ਲਈ ਜਾਣਾ ਟਰੈਕਟਰ ਟੂ ਸਪੀਡ ਹੈ ਉੱਥੇ ਇਹਨੇ ਪ੍ਰੋਬਲਮ ਪੂਰੀ ਦੇਣੀ ਦੇਣੀ ਆ ਤੇ ਇਹ ਇਹਦੇ ਨੁਕਸਾਨ ਆ ਜੀ ਬਾਕੀ ਆਪਾਂ ਤੁਸੀਂ ਦੇਖ ਸਕਦੇ ਆ ਬਣਾਇਆ ਜੇ ਕਿਸੇ ਭਰਾਣੇ ਬਣਾਉਣਾ ਬਣਾ ਲਓ ਸਾਨੂੰ ਤਾਂ ਮੈਂ ਮਤਲਬ ਹਨਾ ਕੋਈ ਨਹੀਂ ਵੀ ਆਪਣੀ ਕਿਹੜਾ ਕੋਈ ਵਰਕਸ਼ਾਪ ਤੇ ਨਾ ਆਪਾਂ ਇਹ ਚਾਹੁੰਦੇ ਵੀ ਕਿਸੇ ਵਰਕਸ਼ਾਪ ਵਾਲੇ ਭਰਾ ਦਾ ਨੁਕਸਾਨ ਹੋਵੇ ਵੀ ਇਹਦੇ ਬਾਰੇ ਆਪਾਂ ਗਲਤ ਚੀਜ਼ ਦੱਸੀ ਹੋਵੇ ਇਹ ਵੀ ਅਸੀਂ ਦੋ ਤਿੰਨ ਭਰਾਵਾਂ ਨਾਲ ਜਦੋਂ ਉਹਨਾਂ ਨੂੰ ਵੀ ਲੱਗਿਆ ਉਦੋਂ ਅਸੀਂ ਵੀਡੀਓ ਪਾਈ ਹੈ ਹਾਲਾਂਕਿ ਇਹ ਕਣਕਾਂ ਵੀ ਹੁਣ ਤਾਂ ਨਿਸਰਨ ਆ ਲਈਆਂ ਤੇ ਜਦੋਂ ਕਣਕਾਂ ਬੀਜੀਆਂ ਸੀਗਾ ਉਦੋਂ ਸਾਨੂੰ ਪ੍ਰੋਬਲਮ ਆਈ ਦੀ ਆ ਗਈ ਸੀ ਪਰ ਜਿੰਨਾ ਚਿਰ ਮੈਨੂੰ ਹੋਰ ਦਾ ਨਹੀਂ ਕਿਸੇ ਭਰਾ ਦਾ ਮਿਲਿਆ ਇਹ ਤੇ ਅਰਬਾ ਉਹਨਾਂ ਟਾਈਮ ਆਪਾਂ ਵੀਡੀਓ ਨਹੀਂ ਪਾਈ ਹਨਾ ਵੀ ਕਿਸੇ ਨੂੰ ਇਹ ਨਾ ਲੱਗੇ ਮਹਿਸੂਸ ਨਾ ਹੋਵੇ ਚੀਜ਼ ਵੀ ਸਾਡੇ ਕੰਮ 'ਚ ਟੱਚ ਮਾਰਦੇ ਹਨਾ ਪਰ ਮੈਂ ਕਹਣਾ ਵੀ ਲਵਾਓ ਆਪਦੀ ਇਹ ਜ਼ਰੂਰ ਚੀਜ਼ ਤੁਸੀਂ ਚੈੱਕ ਕਰਿਓ ਵੀ ਤੁਹਾਨੂੰ ਆਹ ਪ੍ਰੋਬਲਮ ਨਾ ਆਵੇ ਸਾਨੂੰ ਆਈ ਆ। ਬਾਕੀ ਜਿਹੜਾ ਅਰੀਜਨਲ ਟਰੈਕਟਰ ਹੁੰਦਾ ਉਹਦੇ ਪੈਰ ਤਾਂ ਤੁਹਾਨੂੰ ਦੱਸਿਆ ਪੈਡ ਲੱਗੇ ਨੂੰ ਧੱਕਣੇ ਹੁੰਦੇ ਉੱਥੇ ਸੌਖਾ ਰਹਿੰਦਾ। ਤੁਹਾਨੂੰ ਅਰਜਨ ਦੇ ਉੱਪਰ ਬੈਠ ਕੇ ਵੀ ਅਸੀਂ ਵੀਡੀਓ ਆ ਦਿਖਾ ਦਿੰਨੇ ਆ ਉੱਪਰ। ਆ ਲਾਸਟ ਦੇ ਵਿੱਚ ਵੀ ਲਾ ਦਿੰਨੇ ਆ ਤੇ ਇੱਥੇ ਉੱਪਰ ਵੀ ਲਾ ਦਿੰਨੇ ਆ। ਤੇ ਇਹ ਚੀਜ਼ ਹੈ ਜੀ ਹੋਰ ਇਹਦਾ ਕੋਈ ਨੁਕਸਾਨ ਤਾਂ ਹੈ ਨਹੀਂ ਆਹ ਨੁਕਸਾਨ ਜ਼ਰੂਰ ਹੈ। ਵੀ ਟਰੈਕਟਰ ਚਲਾਉਣ ਦੇ ਵਿੱਚ ਆਰਾਮਦਾਇਕ ਨਹੀਂ ਰਹਿੰਦਾ। ਤੇ ਬਾਕੀ ਕੰਪਨੀ ਨਾਲੋਂ ਆਪਾਂ ਕਦੇ ਨਹੀਂ ਸਿਆਣੇ ਹੋ ਸਕਦੇ ਇਹ ਕੰਮ ਦੇ ਵਿੱਚ ਤਾਂ